ਆ ਸਾਰਾ ਸੇਫਟੀ ਨੂੰ ਬਣਾਇਆ ਕਿ ਪਾਣੀ ਆਲੇ ਦੁਆਲੇ ਨਾ ਜਾਵੇ। ਦਾਣਾ ਆਈ ਜਾਵਰਾਜ ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ? ਅਤੇ ਅੱਜ ਮੈਂ ਆਇਆ ਹੋਇਆ ਸੀ ਆਪਣੇ ਨਾਨਕੇ, ਅਤੇ ਇੱਧਰ ਮੇਰਾ ਭਰਾ ਯੁਵਰਾਜ। ਸਤਿ ਸ਼੍ਰੀ ਅਕਾਲ। ਅਤੇ ਹੁਣ ਅਸੀਂ ਚੱਲੇ ਹਾਂ ਪਿੰਡ ਘੁੰਮਣ, ਅਤੇ ਚਲੋ ਚੱਲੀਏ। ਚੱਲ ਇੱਧਰ, ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਅਤੇ ਆਹ ਜਿਹੜੇ ਅਸੀਂ ਰਾਹ ਜਾਂਦੇ ਪਏ, ਅਤੇ ਇੱਥੇ ਇੱਕ ਆਹ ਕੋਠੀ ਹੁੰਦੀ ਸੀ ਅਤੇ ਉਹ ਲੋਕ ਰੌਲਾ ਪਾਉਂਦੇ ਹੁੰਦੇ ਸੀ ਕਿ ਫਲਾਣੀ ਕੋਠੀ ਆ। ਦੇਖੋ ਬਹੁਤ ਵਧੀਆ ਕੰਮ ਕੀਤਾ। ਦੇਖੋ ਇੱਧਰ, ਦੇਖੋ ਕਿੰਨੀ ਘੈਂਟ ਚੀਜ਼ ਬਣਾਈ ਹੋ। ਦੇਖ ਲਓ ਪਿੰਡ ਦੇ ਵਿੱਚ ਬਣਾਇਆ ਇੱਦਾਂ ਦੀ ਚੀਜ਼। ਦੇਖੋ ਹੈ ਨਾ, ਇੱਧਰ ਦੀ ਦਿਖਾਉਂਦੇ ਆ। ਬਹੁਤ ਜ਼ਿਆਦਾ ਡੂੰਘਾ ਇਹ ਯੁਵਰਾਜ, ਫੜੀ ਇੱਦਾਂ ਇਹਦੀ ਫੜ। ਪਾਣੀ ਮਤਲਬ ਇਕੱਠਾ ਹੁੰਦਾ ਇੱਥੇ ਆ ਕੇ ਸਾਰਾ ਵਿੱਚ ਪੈਂਦਾ ਇਹਦੇ। ਜਿੰਨਾ ਵੀ ਸੀਵਰੇਜ ਦਾ ਪਾਣੀ ਆ ਸਾਰਾ ਇੱਧਰ ਆਉਂਦਾ, ਜਿੰਨਾ ਵੀ ਨਾਲੀਆਂ ਨੂਲੀਆਂ ਦਾ ਹੁੰਦਾ। ਦੇਖੋ ਕਿੰਨੀ ਵਧੀਆ ਚੀਜ਼ ਬਣੇਗੀ। ਇੱਧਰ ਨੂੰ ਥੋੜ੍ਹੀ ਢਲਾਨ ਜੀ ਆ, ਇੱਥੋਂ ਜੇ ਬੰਦਾ ਭੱਜਾ ਆਵੇ ਸਿੱਧਾ ਜਾ ਕੇ ਉਹ ਆ ਜਿਹੜਾ ਹਰਿਆਲੀ ਵਾਲਾ ਪਾਣੀ ਉਹਦੇ ਵਿੱਚ ਹੀ ਜਾਣਾ। ਦੇਖਣ ਨੂੰ ਇੱਦਾਂ ਲੱਗਦਾ ਜਿੱਦਾਂ ਕਿਤੇ ਗਰਾਊਂਡ ਨਹੀਂ ਹੁੰਦੀ ਆ। Thank you.
ਤੇ ਆ ਮੇਰੇ ਮੇਰੇ ਮਾਮਾ ਜੀ ਨਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਠੱਡਵਾਇਆਂ ਦਾ ਇਹ ਪਿੰਡ ਦੂੜੇ ਆ ਜੀ ਇਹ ਦੂੜਿਆਂ ਦਾ ਛੱਪੜ ਬਣਿਆ ਵੱਡਾ ਜਿੱਥੇ ਸਾਰੇ ਪਿੰਡ ਦਾ ਗਟਰ ਦਾ ਜਿੰਨਾ ਵੀ ਆ ਸਾਰਾ ਪਾਣੀ ਇੱਥੇ ਆਉਂਦਾ ਇਹ ਕਲੀਨ ਹੋ ਕੇ ਫਿਰ ਖੇਤਾਂ ਨੂੰ ਲੱਗਦਾ ਸਾਰਾ ਹੀ ਦੇਖੋ ਕਿੰਨੀ ਵਧੀਆ ਚੀਜ਼ ਬਣਾਈ ਉਹ ਮਤਲਬ ਮੈਂ ਪਹਿਲੀ ਵਾਰ ਦੇਖੀ ਹੈ ਬਹੁਤ ਵਧੀਆ ਬਣਿਆ ਹੋਰ ਕਿਸੇ ਪਿੰਡ ਮੈਂ ਦੇਖੀ ਨਹੀਂ ਆ ਇੱਦਾਂ ਦੀ ਚੀਜ਼ ਅਤੇ ਪਾਣੀ ਵੇਸਟੇਜ ਆ ਉਹਨੂੰ ਵੀ ਕਿਸੇ ਚੀਜ਼ ਲਈ ਯੂਜ਼ ਕਰਦੇ ਪਏ ਆ ਸਾਈਡਾਂ 'ਤੇ ਦਰੱਖਤ ਲਗਾਇਆ ਸਾਰਾ ਹੀ ਅਤੇ ਆਹ ਦੇਖੋ ਆਹ ਸਾਰੇ ਬਹੁਤ ਵਧੀਆ ਹੈ ਹਰਿਆਲੀ ਸਾਰੀ ਬਾਉਂਡਰੀ ਬਣਾਈ ਹੋ ਵਾ ਕਿ ਜਿਹੜਾ ਪਾਣੀ ਆ ਆਲੇ ਦੁਆਲੇ ਫੈਲੇ ਨਾ ਅਤੇ ਉਹ ਮੋਟਰਾਂ ਲਾਈਆਂ ਆ ਮੋਟਰਾਂ ਲਾਈਆਂ ਅਤੇ ਇੱਕ ਇੱਧਰ ਇਹ ਪਾਣੀ ਨੂੰ ਫਿਲਟਰ ਕਰਕੇ ਅਤੇ ਫਿਰ ਖੇਤਾਂ ਲਈ ਯੂਜ਼ ਕਰਦੇ ਆ ਅਤੇ ਇੱਧਰ ਆ ਸਾਰਾ ਜਿੰਨਾ ਵੀ ਨਾਲੀਆਂ ਦਾ ਇਹ ਗਟਰ ਬਣੇ ਹੋਏ ਦੋ ਵੱਡੇ ਆ ਦੋ ਗਟਰ ਪਾਣੀ ਫਿਲਟਰ ਹੋ ਕੇ ਅੱਗੇ ਜਾਂਦਾ ਠੀਕ ਆ ਸਾਫ਼ ਹੋ ਕੇ ਪਾਣੀ ਅੱਗੇ ਡਿੱਗਦਾ ਸਾਰਾ ਹੀ ਸਾਰਾ ਉੱਧਰ ਜਾਂਦਾ ਠੀਕ ਆ ਆਹ ਦੇਖੋ ਫੁੱਲ ਬੂਟੇ ਦੇਖੋ ਕਿੰਨੇ ਵਧੀਆ ਲਾਏ ਹੋਏ ਇੱਥੇ ਕਿੰਨੇ ਸੋਹਣੇ ਸੀਨ ਆ ਇੱਧਰ ਦੇਖੋ ਦੇਖੋ ਹੁਣ ਅਸੀਂ ਉੱਪਰਲੀ ਸਾਈਡ ਆ ਗਏ ਆ ਅਤੇ ਇੱਧਰ ਦੇਖੋ ਇੱਧਰ ਝੋਨਾ ਲਾਇਆ ਹੁਣ ਆਪਾਂ ਇੱਧਰ ਆ ਗਏ ਆਹ ਦੇਖੋ ਫੁੱਲ ਕਿੰਨੇ ਸੋਹਣੇ ਲਾਏ ਵਾ ਉੱਪਰ ਦੀ ਦੇਖੋ ਵੀ ਆਹ ਸਾਰਾ ਸੇਫਟੀ ਨੂੰ ਬਣਾਇਆ ਕਿ ਪਾਣੀ ਆਲੇ ਦੁਆਲੇ ਨਾ ਜਾਵੇ ਦਾਣਾ ਆਈ ਜਬਰਾ ਇਹ ਦੇਖੋ ਇੱਧਰ ਤਾਂ ਬੰਨ ਗਿਆ ਬਣਾ ਤਾ ਦਰੱਖਤਾਂ ਨੂੰ ਕਿਤੇ ਲੰਘਣਾ ਨਹੀਂ ਇੱਥੋਂ ਉੱਧਰ ਦੇਖੋ ਹੁਣ ਆਏ ਨਜ਼ਾਰੇ ਕੱਪੜੇ ਤਾਂ ਗਿੱਲੇ ਹੋ ਗਏ ਪਰ ਆਹੋ ਹਰਿਆਲੀ ਬਹੁਤ ਆ ਇੱਥੇ ਜਦੋਂ ਮੀਂਹ ਨਾ ਹੋਈ ਉਹ ਮੱਛਰ ਵੀ ਬਹੁਤ ਆਹ ਦੇਖੋ ਪਹਿਲਾਂ ਅਸੀਂ ਥੱਲੇ ਖੜ੍ਹੇ ਸੀ ਦੇਖ ਲਓ ਹੁਣ ਦੇਖੋ ਵੀ ਉਹ ਇੱਥੋਂ ਕਿੰਨਾ ਵਧੀਆ ਹੁੰਦਾ ਆਹ ਦੇਖੋ ਆਹ ਜਾਲੇ ਨਾਲ ਹੱਥ ਭਰ ਗਿਆ ਮੇਰਾ ਸਾਰਾ ਆਹ ਫੜੀ ਜਾਓ ਰਾਜ ਲਓ ਜੀ ਅਸੀਂ ਚੱਲੇ ਸੀ ਪਿੰਡ ਦੀ ਗੇੜੀ ਕੱਢਣ ਅਤੇ ਮਾਮਾ ਜੀ ਨਾਲ ਅਤੇ ਡਰਾਈਵ ਕਰਦੇ ਪਏ ਆ ਸਤਿ ਸ਼੍ਰੀ ਅਕਾਲ ਇੱਧਰ